ਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ? ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਬੜਾ ਲੇਟ ਸ਼ੁਰੂ ਕਰਨਾ ਪਿਆ, ਪਰ ਟਰੈਕਟਰ ਜਮ੍ਹਾਂ ਕਸੀ ਜਾਂਦੇ ਹਾਂ। ਕੱਲ੍ਹ ਆਪਾਂ ਇੱਥੇ ਛੱਡਿਆ ਸੀ ਕੰਮ ਵਲੌਗ ਦੇ ਵਿੱਚ, ਟਰੈਕਟਰ ਕੱਸ ਕੇ ਅਤੇ ਫਿਰ ਇਹਦੀ ਲੈਂਦੇ ਹਾਂ ਆਪਾਂ ਟਰਾਈ, ਠੀਕ ਹੈ ਜੀ। ਅਤੇ ਇੰਟਰਕੂਲਰ ਹਜੇ ਸਾਡਾ ਪਿਆ ਵਾ, ਇੰਟਰਕੂਲਰ ਸਾਡਾ ਵੀ ਰਿਹਾ ਪਿਆ ਵਾ, ਉਹ ਵੀ ਬਸ ਆ ਜੂਗਾ ਮਿੱਤਰੋ, ਅਤੇ ਫਿਰ ਉਹ ਵੀ ਲਾ ਦਾਂਗੇ। ਥੋੜ੍ਹਾ ਜਿਹਾ ਬੁੱਟਾ ਤਾਂ ਫਰਕ ਹੋਊਗਾ ਪਰਫੋਰਮੈਂਸ ਦਾ, ਕਿ ਵਾਧੂ ਬਿਨਾਂ ਇੰਟਰਕੂਲਰ ਤੋਂ ਘੱਟ ਹੋਊਗੀ ਪਰਫੋਰਮੈਂਸ ਹੁਣ, ਹੈ ਨਾ? ਉਹ ਹੋਊਗੀ ਤਾਂ ਘੱਟ ਹੀ ਹੋਊਗੀ, ਕਿੰਨੀ ਕੁ ਵੀ 5-7 HP ਦਾ ਫਰਕ। ਹਾਂ, ਅਤੇ ਕੇਰਾ ਅੱਜ ਹੋਣਾ ਸਾਰਾ ਓਕੇ ਕਰਕੇ ਕਸ ਕਸਾ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦੀ ਆ ਪਰਫੋਰਮੈਂਸ, ਉਦੋਂ ਬਾਅਦ ਇੰਟਰਕੂਲਰ ਲਾ ਕੇ ਵੀ ਦਿਖਾਵਾਂਗੇ। ਲਾਊਗੇ ਮਿੱਤਰੋ ਆਹ ਆਪਣਾ ਬਾਈ ਕਸਿਆ ਗਿਆ ਹੈ ਨਾ, ਊਂ ਤਾਂ ਮਗਲੈਲ ਰਹਿ ਗਿਆ ਪਾਉਣ ਵਾਲਾ, ਮਗਲੈਲ ਰਹਿ ਗਿਆ, ਥੋੜ੍ਹੀਆਂ ਟੈਪਟਾਂ ਦੀ ਸੈਟਿੰਗ ਰਹਿ ਗਈ। ਉਹਦਾ ਵੀ ਪੰਪ ਫੜਨ ਗਏ ਸੀ ਅਸੀਂ ਪਟਿਆਲੇ, ਉਹਦਾ ਪੰਪ ਫੜ ਲੈਂਦਾ, ਦੋਨੇ ਹੀ ਚਲਾਵਾਂਗੇ ਅੱਜ 4x4 ਵੀ ਤੇ ਵੀ ਸਵਾਦ ਆਊ। ਫਿਰ ਸਿਟੀ ਗਈ ਮਿੱਤਰੋ, ਬਸ ਸਮਝ ਲਓ। ਹਾਂਜੀ, ਸਿਟੀ ਗਈ ਯਾਰ, ਬਾਈ ਯਾਰ ਇਹ ਪਾਈਆਂ ਦਾ ਵਾ 4x4 ਵਾਲਾ, ਆਵਾਜ਼ ਘੈਂਟ ਬਣਦੀ ਪੂਰੀ ਪੂਰੀ। ਚਲੋ ਦੇਖਦੇ ਹਾਂ ਕਿਵੇਂ ਦੀ ਬਣਦੀ ਆਵਾਜ਼, ਥੋੜ੍ਹਾ ਹੈਲੀਕਾਪਟਰ ਜਿਹਾ ਬਣੂ, ਹੈ ਨਾ? ਉਵੇਂ ਜੇ ਆਉਂਦੀ ਆਵਾਜ਼ ਆਪਣੇ ਵਾਲੇ ਨਾਲੋਂ ਪਹਿਲਾਂ ਆਹ ਤਿਆਰ ਹੋ ਜੂਗਾ ਅੱਜ, ਹੈ ਨਾ? ਇਕੱਠੇ ਦੋਨੇ ਇਕੱਠੇ ਸਟਾਰਟ ਕਰਕੇ ਇਕੱਠੇ ਲੈ ਜਾਵਾਂਗੇ। ਲਓ ਵੀ ਮਿੱਤਰੋ ਅੱਜ ਫਿਰ ਫਰਕ ਵੇਖਦੇ ਹਾਂ 4x4 ਅਤੇ ਇਹਦੇ 'ਚ, ਇਹ ਭਾਰਾ ਆਉਣਾ ਟਰੈਕਟਰ ਮੂਹਰੇ ਹੀ ਸਾਊ ਸਾਊਣ ਕਰਕੇ, ਵੇਖਦੇ ਹਾਂ ਕਿਵੇਂ ਚੱਲਦੇ ਆ ਦੋਨੇ। ਦੋਨੇ ਸਪੈਸ਼ਲ ਐਡੀਸ਼ਨ, ਇਹ ਕਿੰਨਾ ਮਾਡਲ, ਇਹ ਵੀ ਨਵਾਂ ਹੀ ਲੱਗਦਾ, 23 ਦੇ ਐਂਡ ਉਂਡ ਦਾ ਹੀ ਲੱਗਦਾ ਮੈਨੂੰ। ਇੱਕ ਸਾਲ ਇੱਕ ਮਹੀਨਾ ਉਹਨੂੰ, ਇੱਕ ਮਹੀਨਾ ਅਤੇ ਕੁਛ ਕੁ ਦੇਣਾ, ਇੱਕ ਰੇਸ ਹੋਰ ਆਪਣੇ ਵਾਲਾ ਵੀ ਕਰ ਦਿਓ ਜੀ। ਤੁਸੀਂ ਸਾਨੂੰ ਡਰਾਉਂਦੇ ਹੀ ਰਹਿੰਦੇ ਹੋ। ਲਓ ਬਾਬੇ ਦਾ ਨਾਂ, ਪਾਣੀ ਪਾਓ ਜੀ ਟਰੈਕਟਰ 'ਚ, ਪਾਣੀ ਕਰ ਦਿਓ ਫੁੱਲ। ਬੈਂਜਾ ਛਵ ਗਿਆ ਤੇ ਦੋਨੇ ਟਰੈਕਟਰ ਰੈਡੀ ਹੋ ਗਏ 4x4 ਆਪਣੇ ਵਾਲੇ 'ਚ, ਤੇਲ ਪਾਈ ਜਾਂਦੇ ਹੁਣੇ ਲਿਆਉਂਦਾ ਭਰਾ ਕੇ ਕਹਿੰਦਾ, ਅਤੇ
ਆਓ ਚੱਕੋ ਕਹਿੰਦੇ 4x4 ਦਾ ਜੜਤਾ ਕਲੱਚ, ਮੀਂਹ ਪੈ ਕੇ ਹਟਿਆ ਬਾਈ, ਦੇਖ ਲਓ ਤੁਸੀਂ ਕਿਵੇਂ ਹੋਇਆ ਪਿਆ ਰੇਤਾ ਜਿਹਾ, ਪੈਰ ਕਿਵੇਂ ਖੁੱਭਦੇ ਆ ਮਤਲਬ ਕਰੋ ਚੈੱਕ। ਹਜੇ ਮੈਂ ਸਮਝ ਲਓ ਕਿ ਆ ਕੇ ਇੱਥੋਂ ਹਲ ਪਾਏ ਆ, ਇੱਥੇ ਕਿਹੜਾ ਹੀ ਲਾਇਆ। ਰਾਉਂਡ ਤੇ ਐਂਟਰੀ ਜਿਵੇਂ ਸ਼ਕਤੀ ਮਾਣਦੀ ਹੁੰਦੀ ਹੈ, ਉੱਧਰ ਦੂਜੇ ਤੇ ਚੱਲੀ ਜਾਂਦਾ। ਇਹਦਾ ਤਾਂ ਤੇਲ ਤੂਲ ਆਪਾਂ ਬਾਈ ਮੈਂ ਕਹਿੰਦਾ ਸਿਰਾ ਹੀ ਰੱਖਿਆ ਕੰਮ। ਇੱਧਰ ਚੱਲੀ ਜਾਂਦਾ ਤੋਂ ਭੱਜਿਆ ਆ ਫੁੱਲ ਥੋੜ੍ਹੀ ਮਿੱਤਰੋ, ਇਹ ਸ਼ਹੀਦੀ ਪਾਤੀ ਆਪਣੀ ਚੀਚੀ ਨੇ। ਬਾਈ ਪਹਿਲਾਂ ਤਾਂ ਪਹਿਲੇ 'ਚ ਨਹੀਂ ਤੁਰਦਾ ਸੀ, ਹੁਣ ਤਾਂ ਉਹਦੇ ਟਾਇਰ ਵੇਖੋ ਕਿਵੇਂ ਘੁੰਮਦੇ, ਜ਼ੋਰ ਇਹ ਵੀ ਮਿੱਟੀ ਬੋਲਣ ਪਾਉਂਦੀ ਆ, ਬਹਿ ਜਾਂਦਾ ਨਾ ਮੂਹਰੇ ਕੱਟੀ ਵਾਲੀ ਹੋ ਜਾਂਦੀ। ਸਾਡੇ ਕੋਲ ਆ ਬਾਈ ਦੁਬਾਰਾ ਫੇਰ ਪਾਉਣਾ। ਸੱਟ ਵੱਜ ਗਈ, ਇਹ ਪਤਾ ਕਿੱਥੇ ਆਈ ਉਂਗਲ ਮੇਰੀ, ਵੇਖੋ ਸਾਰੀ
ਆਹ ਥਾਂ ਤੇ ਜਿੱਥੇ ਮੇਰੀ ਉਂਗਲ ਸੀ ਬਰਾਬਰ ਧਵੀਆਂ ਪਾਉਂਦੇ ਸੀ ਹਾਏ ਓਏ ਝਟਕੇ ਉਹਦੀ ਫੱਟੀ ਦੀ ਕੀ ਕਰਤੀ ਬਾਈ ਝੋਟਾ ਹੈ ਬਾਈ ਮੇਰੇ ਕੱਪੜੇ ਵੇਖੋ ਬਾਈ ਪੂਰਾ ਮੈਂ ਕਹਿੰਦਾ ਯੇ ਬੋਏ ਹਾਏ ਬਰਾਤ ਤੇਰਾਂ ਹਾਲਾ ਹੈ ਨਾ ਇਹ ਆਪਣੇ ਹਰਮਨ ਬਾਈ ਤੇਰਾਂ ਹਾਲਾ ਤੇਰਾ ਤਾਂ ਯਾਰ ਅੱਜ ਹੀ ਹੱਥ ਦੁਖਣ ਲੱਗਣਾ ਹਾਲਾ ਮੇਰੇ ਨਾਲ ਤਾਂ ਭੈੜੀ ਹੋ ਗਈ ਬਾਹਲੀ ਦੁਖੀ ਜਾਂਦੀ ਮੈਂ ਫੱਟ ਹੀ ਪਾ ਗਈ ਪਾਓ ਇਹਦੇ ਮਗਰ ਹੁਣ ਤੁਹਾਨੂੰ ਚੈੱਕ ਕਰੋ ਕਹਿੰਦੇ 4x4 ਛੱਡਤਾ ਹਾਂਜੀ ਮੇਰੀ ਕੋਈ ਵੀਡੀਓ ਨਹੀਂ ਬਣਾਉਂਦਾ ਜਦੋਂ ਮੈਂ ਚਲਾਉਂਦਾ ਮੈਂ ਇੰਨੇ ਗੇੜੇ ਲਾ ਦੇ ਹੁਣ ਹੋ ਗਿਆ ਢੇਰਾ ਕਹਿੰਦਾ ਮੈਂ ਤਾਂ ਗੋਲ ਗੋਲ ਘਮਾਉਂ ਪੂਰਾ ਗੋਲ ਹੈ ਉਹਦਾ ਟੌਰ ਨਾ ਬਹਿ ਗਿਆ ਇੰਨਾ ਕੰਫਰਟੇਬਲ ਨਾ ਉਹ ਮੈਸਤਰੀ ਸਾਹਿਬ ਆਪ ਪੂਰੇ ਹੋਏ ਨੇ ਆਓ ਚੱਕ ਕਿਆ ਬਾਤ ਹੈ ਜੀ ਮੂੰਹ ਚੱਕਿਆ ਵਾ ਟਰੈਕਟਰ ਨੇ ਪੂਰਾ ਓ ਭਾਈ ਹਾਏ ਹਾਏ ਆ ਉੱਥੇ ਰੱਖ ਪਹਿਲਾਂ ਹਾਈ ਗੇਅਰ ਆ ਬਾਈ ਕਿਉਂ ਦੇਖ ਲਿਆ ਆ ਠੀਕ ਹੈ ਆ ਬੋਰੀਆਂ ਬੋਰੀਆਂ ਧਰ ਲੈਂਦੇ ਆ ਅੱਛਾ ਜੀ ਮੈਨੂੰ ਤਾਂ ਹਜੇ ਦੋ ਗੇੜੇ ਹੀ ਲਾਉਣ ਦਿੱਤੇ ਆ ਉਸ ਹਿਸਾਬ ਨਾਲ ਤਾਂ ਪਹਿਲਾਂ ਨਾਲੋਂ ਤਾਂ ਦੁੱਗਣਾ ਤਿੱਗਣਾ ਦੁੱਗਣਾ ਮਤਲਬ ਸਮਝ ਲਓ ਕਿ ਸਿਰਾ ਹੀ ਹੋਇਆ ਪਿਆ ਕੰਮ ਪਹਿਲਾਂ ਤੁਰਦਾ ਹੀ ਨੀ ਹੁੰਦਾ ਸੀ ਉਦੇ ਆਪਾਂ ਵੇਖਿਆ ਹੀ ਆ ਪਾ ਕੇ
ਉਹੀ ਥਾਂ ਸਗੋਂ ਅੱਜ ਮੀਂਹ ਪੈ ਕੇ ਗਿੱਲੀ ਹੋਈ ਆ ਮਿੱਟੀ, ਉਹ ਚੱਕਤਾ ਲਾਓ ਵੀ ਮਿੱਤਰੋ, ਭੱਠੀਆਂ ਲਾਲ ਹੋਣੀਆਂ ਦੋਨਾਂ ਦੀਆਂ ਸ਼ੁਰੂ ਹੋਗੀਆਂ, ਇਹਦੀ ਵੀ ਲਾਲ ਜੀ ਹੋ ਗਈ ਹੈ ਨਾ, ਇਹਦੀ ਵੀ ਲਾਲ ਹੋ ਗਈ, ਨੇੜੇ ਆਏ ਤਾਂ ਦਿਖਾਉਂਦੇ ਹਾਂ, ਬਾਕੀ ਹਜੇ ਤਾਂ ਸ਼ੁਰੂ ਹੋਇਆ ਕੰਮ ਬੜਾ ਜਿਹਾ, ਇਹ ਆਊਗੇ ਫੋਰ ਬਾਏ ਫੋਰ ਦੀ ਜ਼ਿਆਦਾ ਹੋ ਗਈ ਆ, ਟੀਵੀ ਵਾਂਗੂ ਚੱਲਦੀ ਆ, ਤੇਲ ਵਧਾ ਦਾ ਹੋਰ ਮੈਂ ਕਹਿੰਦਾ ਜਾਣ ਵੱਧ ਮਾਰੂ ਹਨਾ, ਤੀਹ ਪਰਸੈਂਟ ਹੋਰ ਖੋਲਣ ਨੂੰ ਬਾਈ ਹੁਣ ਬਣੀ ਆ ਗੱਲਬਾਤ, ਮਾੜੀ ਸੈਟਿੰਗ ਚੇਂਜ ਕੀਤੀ ਆ, ਅਤੇ ਬਾਈ ਮੈਂ ਕਹਿੰਦਾ ਯਾਰ ਐਂ ਹੀ ਹੁੰਦਾ ਵਾ, ਵੀਡੀਓ ਬਣਾਈ ਆ ਦੂਜੇ ਫੋਨ ਦੇ ਵਿੱਚ, ਅਤੇ ਉਹ ਤੁਹਾਨੂੰ ਐਂ ਲੰਮੀ ਲੋਡ ਪਾਈ ਹੋਊਗੀ ਵਿੱਚ, ਬਾਈ ਫਿਰ ਆ ਹੁਣ ਤਾਂ ਪਹਿਲਾਂ ਵੀ ਘੈਂਟ ਚੱਲਦਾ ਪਿਆ ਜੀ, ਹੁਣ ਤਾਂ ਉੱਥੇ ਵੀ ਉੱਤੇ ਹਜੇ ਸਮੂਹ ਨਹੀਂ ਦਿਖਾਉਂਦਾ ਪਿਆ, ਤੇਲ ਹੋਰ ਵੱਧਦਾ ਜੇ ਵਧਾਉਣਾ ਹੋਵੇ, ਅਤੇ ਬਾਈ ਨੱਚਦਾ ਹੀ ਆਉਂਦਾ ਵੇਖੋ, ਹੁਣ ਹਰਮਨ ਬੈਠਾ ਆਪ ਚੀਜ਼ਾਂ ਵੀ ਲਾਦਾ ਜੀ, ਖੜਿਆ ਹੀ ਜਾਂਦਾ ਟਰੈਕਟਰ, ਭੱਠੀ ਲਾਲ ਆ ਬਾਈ, ਬਹੁਤ ਮੁੱਧ ਨਹੀਂ ਗਈ ਹਜੇ, ਮੁੱਧ ਹੋ ਜੂਗੀ, ਸਾਰਾ ਪਾਣੀ ਨਿਰੀ ਆਖੀ ਆ ਬਾਈ, ਮੀਡੀਅਮ ਮੂਡੀਅਮ ਗੇਅਰ ਨਹੀਂ ਬਣੇਗੇ ਆਹ ਪਾਵਰ ਵਾਸਤੇ, ਹਾਈ ਜੀ ਚੱਲਦਾ ਝੋਟਾ, ਨਾਲੇ ਨਾ ਰੇਤਾ ਵਾ ਇਹਦੇ, ਜਿਹੜੇ ਟਾਇਰ ਨਾਲ ਦੀ ਨਾਲ ਹੀ ਥੱਲੇ ਲੱਗ ਜਾਂਦੇ ਆ, ਉਹ ਜਿਹੜਾ 4x4 ਆ ਉਹ ਤਵੀਆਂ ਦੇ ਦੂਜੇ ਹਾਈ 'ਚ ਆਰਾਮ ਨਾਲ ਤੁਰਿਆ ਆਉਂਦਾ ਬਾਈ, ਮਾੜਾ ਜਿਹਾ ਹੋਰ ਮਾਰ, ਆਏ ਹਾਏ ਆ ਲੈਟ ਚੱਲਦੀ ਚਲੀ ਗਈ ਜੀ, ਇੱਧਰੋਂ ਤੁਹਾਨੂੰ ਦਿਖਾਉਂਦੇ ਹਾਂ, ਹਾਂਜੀ
ਹਜੇ ਹੋਰ ਵੀ ਸਿਸਟਮ ਵਾਧੂ ਕਰਨਾ ਬਾਈ। ਜਿਹੜੀ ਤੁਸੀਂ ਦੂਜੀ ਵਾਰੀ ਚਾਬੀ ਲਾਈ ਆ ਨਾ, ਬਸ ਉਦੋਂ ਬਾਅਦ ਤਾਂ ਨੈਕਸਟ ਲੈਵਲ ਹੀ ਚੀਜ਼ ਹੋ ਗਈ। ਹਾਂ ਐਡਵਾਂਸ ਤੇ ਰਿਟਾਇਰ ਤਾਂ ਬਾਈ ਜਮਾਂ ਨੀ ਕੀਤਾ, ਜਮਾਂ ਜੀਰੋ ਤੇ ਆ। ਬਾਈ ਐਵਰੇਜ ਵੀ ਕੱਢਾਂਗੇ ਆਪਾਂ ਜਦੋਂ ਪ੍ਰੋਪਰ ਵਾਹੀ ਕਰਨ ਲੱਗੇ। ਹੁਣ ਤਾਂ ਮੈਂ ਥੱਲੇ ਜਮਾਂ ਪਾਇਆ ਪਿਆ ਵਾ, ਨਾਲੇ ਉਹ ਵੀ ਨੀ ਲਾਈ ਗਈ ਐਮ ਪੀ ਸੀ ਜੋਂਟ ਵੀ ਨੀ ਲਾਈ। ਆਹ ਵਾਇਆ ਪਿਆ ਮਾਂ ਨੀ ਬਈ, ਆ ਮਿੱਟੀ ਨਾਲ ਥੋੜੀ ਜਿਹੀ ਐਜੀ ਆ, ਥੱਲੇ ਜ਼ਿਆਦਾ ਪੈਂਦਾ। ਹਾਂ ਇੱਥੇ ਸਾਰੀ ਦਿਹਾੜੀ ਟੈਸਟਿੰਗ ਕਰਦੇ ਬਈ ਤਵੀਆਂ ਵਾਲੇ ਟਰੈਕਟਰ ਦੀ। ਬਸ ਮੈਂ ਤਾਂ ਵੀਡੀਓ ਬਣਾਉਂਦਾ, ਡਰ ਲੱਗਦਾ ਹੈ। ਠੀਕ ਹੈ ਜੀ, ਗੇਅਰ ਕਿਹੜਾ ਹੁਣ? ਪਹਿਲਾ ਹਾਈ। ਓਕੇ ਜੀ, ਬਾ ਬਹੁਤ ਹੈ, ਛੱਡੋ ਕਲੱਚ ਕੋਈ ਨਾ। ਜਮਾਂ ਥੱਲੇ ਆ ਬਾਈ। ਹਾਂ ਕਿਉਂ ਮਿੱਟੀ ਬਾਈ ਨਾ ਪਾਲੀ ਡੂੰਗੀ ਪੋਲੀ, ਇੰਨੀ ਇੰਨੀ ਲੱਤ ਧੱਸ ਜਾਂਦੀ ਹੈ ਕਿਤੇ ਕਿਤੇ ਤਾਂ। ਕਿਉਂ? ਕਿਉਂਕਿ ਇੱਥੇ ਬਾਈ ਇਹ ਆਪਦਾ ਟਰੈਕਟਰ ਜਿਹੜਾ ਦੂਜਾ ਤਵੀਆਂ ਵਾਲਾ ਪਾਈਆਂ ਦਾ ਹਨਾ, ਉੱਥੇ ਗੈਸ ਗੂਸ ਲਾ ਕੇ ਫੁੱਲ ਕੜਾ ਕਰਕੇ ਇੱਥੇ ਟੈਸਟਿੰਗ ਕਰਦੇ ਆ ਫੁੱਲ। ਯਾਰ ਹੁਣ ਕੀਤੇ ਆ ਸ਼ੁਕਰ ਆ ਕੱਢ ਲਈਆ ਬਈ, ਅੰਨੀ ਜਾਨ ਬਣ ਗਈ ਬਈ, ਹਨੇਰਾ ਵਾਲਾ ਹੋ ਗਿਆ ਜ਼ਿਆਦਾ ਕੀ ਘੜੀਦਾ। ਸੱਤ ਵਜੇ ਬੜਾ ਹਨੇਰਾ ਹੋ ਗਿਆ ਯਾਰ ਅੱਜ।
ਮੁੰਡੇ ਸਿਰ ਨੀ ਚਕਾਉਂਦੇ ਮਾਰਨਾ ਮਨਜੂਰਿਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰਿਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ, ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰ ਦਾਣਾ ਅਣਕਹਿਲੀ, ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ, ਮੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।